ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਤੇ ਜਿਹੜੇ ਮੈਂ ਮੁਸਕਰਾਟਾਂ ਹਾਸੇ ਵੰਡਦਾ ਉਹ ਜਦੋਂ ਮੈਂ ਤੁਹਾਨੂੰ ਸਭ ਨੂੰ ਮਿਲਦਾ ਤੇ ਉਹ ਮੈਨੂੰ ਵਾਪਸ ਮਿਲ ਜਾਂਦੇ ਨੇ ਰਿਸ਼ੀ ਜੀ ਉਹਨਾਂ ਦੀਆਂ ਤੁਹਾਡੇ ਸਾਰਿਆਂ ਦੀਆਂ ਮੁਸਕਰਾਟਾਂ ਹੀ ਮੇਰੀ ਕਮਾਈ ਹੈ ਥੈਂਕ ਯੂ ਫੋਰ ਮਾਈ ਵਾਟ ਮਿਹਰਬਾਨੀ ਤੇ ਅੱਜ ਅਪ੍ਰੈਲ ਫੂਲਸ ਤੇ ਵੀ ਸਾਨੂੰ ਕੁਝ ਸੁਣਾਓ ਸਾਡੇ ਸੁਣਨ ਵਾਲਿਆਂ ਨੂੰ ਲਓ ਜੀ ਸ਼ੁਰੂ ਕਰਦੇ ਆਂ मुन्ना कह मम्मी नू मम्मी मम्मी वो जो रामू है ना वो अपनी काम करने वाली को कभी यहाँ पकड़ता है कभी वहाँ पकड़ता है तो मम्मी ने कहा अच्छा रामू क्या कर रहे हो रामू कहने लगा मैडम मालकन मैं तो सब्जी काट रहा हूँ जी तो मम्मी ने मुन्ने को कहा कि रामू तो सब्जी काट रहा है तो मुन्ना कहता है अप्रैल फूल अप्रैल फूल वो रामू नहीं डैडी थे शुगर हों तो रहा है जी अप्रैल फूल की इतो ही आप शुरुआत करते मैं ये दसना चाहना कि जेडी रेड एफ एम दटीजमेंट ने ना जी वो इन ਪਿਆਰੀਆਂ ਨੇ ਔਰ ਉਹ ਸੁਣ ਸੁਣ ਕੇ ਨਾ ਹੁਣ ਤਾਂ ਸਾਨੂੰ ਉਹਦੇ ਵਿੱਚੋਂ ਵੀ ਹਾਸੇ ਆਉਂਦੇ ਨੇ ਇੱਕ ਬੜੀ ਵਧੀਆ ਐਡਵਰਟਾਈਜ਼ਮੈਂਟ ਤੁਹਾਡੀ ਹੈਗੀ ਆ ਮੇਰੀ ਧੀ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਜੀ ਉਹਦੇ ਤੋਂ ਮੈਨੂੰ ਯਾਦ ਆਇਆ ਕਿ ਇੱਕ ਔਰਤ ਆਪਣੇ ਪਤੀ ਨੂੰ ਕਹਿੰਦੀ ਹੈ ਤੁਹਾਡੀ ਧੀ ਜਵਾਨ ਹੋ ਗਈ ਹੈ ਮਿੰਨਾ ਮਿੰਨਾ ਜਵਾਨ ਹੋ ਗਈ ਹੈ ਤੁਹਾਨੂੰ ਤਾਂ ਕੋਈ ਫਿਕਰ ਹੀ ਨਹੀਂ ਫਰਨਾ ਮੇਰੀ ਤੀਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਮੈਂ ਤਾਂ ਉਹਦੇ ਵਾਸਤੇ ਮੁੰਡਾ ਦੇਖ ਰਿਆ ਫਿਰ ਉਹ ਕਹਿਣ ਲੱਗੀ ਕਿ ਮੈਂ ਉਹਦੇ ਵਾਸਤੇ ਮੁੰਡਾ ਦੇਖਿਆ ਪਰ ਜਦੋਂ ਉਹ ਹੱਸਦਾ ਹੈ ਨਾ ਉਹਦੇ ਦੰਦ ਬਾਹਰ ਆਉਂਦੇ ਨੇ ਤੇ ਪਤੀ ਕਹਿਣ ਲੱਗਿਆ ਉਹ ਫਿਕਰ ਨਾ ਕਰ ਵਿਆਹ ਤੋਂ ਬਾਅਦ ਕਿਹੜਾ ਉਹਨੇ ਹਸਣਾ ਉਹ ਇਹ ਨਹੀਂ ਹੈ ਜੀ ਇਹ ਮੈਨੂੰ ਬੜਾ ਚੰਗਾ ਲੱਗਦਾ ਹੈ ਉਹ ਇੱਥੋਂ ਹੀ ਸ਼ੁਰੂ ਹੋਇਆ ਜਿਵੇਂ ਮੇਰੀ ਧੀ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾ ਉੱਥੋਂ ਮੈਨੂੰ ਯਾਦ ਆਇਆ ਬਈ ਗੋਡੇ ਗੋਡਿਆਂ ਦੇ ਦਰਦ ਇੱਕ ਆ ਇੱਕ ਨਾ ਔਰਤ ਦੇ ਨਾ ਗੋਡੇ ਦੁਖਦੇ ਸੀ ਇੱਕ ਗੋਡਾ ਦੁਖਦਾ ਸੀ ਤੇ ਉਹ ਡਾਕਟਰ ਕੋਲ ਜਾਂਦੀ ਸੀ ਅਕਸਰ ਤੇ ਡਾਕਟਰ ਕੋਲ ਜਾ ਕੇ ਨਾ ਹਮੇਸ਼ਾ ਉਹਨੇ ਕਹਿਣਾ ਹੈ ਮੇਰਾ ਗੋਡਾ ਦੁਖਦਾ ਹੈ ਮੈਨੂੰ ਗੋਡਾ ਦਰਦ ਕਰਦਾ ਹੈ ਜਾ ਉਹਨੇ ਗੋਡੇ ਦੀ ਗੱਲ ਕਰਨੀ ਜਾ ਉਹਨੇ ਕਹਿਣਾ ਮੇਰਾ ਪਤੀ ਬੜਾ ਮਾੜਾ ਹੈ ਮੇਰਾ ਪਤੀ ਬੜਾ ਮਾੜਾ ਹੈ ਮੇਰੇ ਪਤੀ ਨਾਲ ਲੜਾਈ ਹੁੰਦੀ ਹੈ ਤੇ ਲੋ ਜੀ ਕੁਝ ਦਿਨਾਂ ਬਾਅਦ ਉਹਨੂੰ ਜਦੋਂ ਗੋਡੇ ਦਾ ਦਖਾਨ ਗਈ ਤੇ ਡਾਕਟਰ ਨੇ ਕਿਹਾ ਬਈ ਹੁਣ ਤਾਂ ਨਾ ਇਹ ਬਦਲਣਾ ਪੈਣਾ ਹੂੰ ਹੂੰ ਤੇ ਪਤਨੀ ਨੂੰ ਹੁਣ ਇਹ ਨਹੀਂ ਸਮਝ ਆ ਰਹੀ ਸੀ ਕਿ ਉਹ ਗੋਡੇ ਦੀ ਗੱਲ ਕਰ ਰਹੇ ਨੇ ਜਾਂ ਉਹਦੇ ਪਤੀ ਦੀ ਗੱਲ ਕਰ ਰਹੇ ਨੇ ਬਦਲਣਾ ਪੈਣਾ ਬਦਲਣਾ ਪੈਣਾ ਤੇ ਇਹ ਇਹ ਗੋਡੇ ਦਰਦਾਂ ਤੋਂ ਮੈਨੂੰ ਯਾਦ ਆਇਆ ਕਿ ਇਹ ਜਿਹੜੇ ਜੋੜਾਂ ਦੇ ਦਰਦ ਨੇ ਨਾ ਜੀ ਜਿਹੜੇ ਜੋੜਾਂ ਦੇ ਦਰਦ ਨੇ ਨਾ ਉਹ ਜੋੜਿਆਂ ਨੂੰ ਹੀ ਪਤਾ ਹੁੰਦੇ ਨੇ ਇੱਕ ਜੀ ਇੱਕ ਜੀ ਡਾਕਟਰ ਸੀ ਹਮਮ ਤੇ ਉਹ ਇਹਨਾਂ ਜੋੜਾਂ ਦਾ ਹੀ ਦਰਦ ਦਾ ਇਲਾਜ ਕਰਦਾ ਸੀ ਤੇ ਉਹਨੇ ਆਪਣੇ ਨਾ ਜਿਹੜਾ ਹਸਪੀਟਲ ਸੀ ਨਾ ਉਹਦੇ ਤੇ ਲਿਖਿਆ ਹੋਇਆ ਸੀ ਯਹਾਂ ਜੋੜੋਂ ਕੇ ਦਰਦ ਦਾ ਇਲਾਜ kiya jata hai ਜੀ ਪਰ ਉਹ ਕਹਾਂ ਵੀ ਆਬ ਨਾ ਹੋਇਆ ਡਾਕਟਰ ਤਾਂ ਉਹ ਡਾਕਟਰੀ ਛੱਡ ਕੇ ਨਾ ਵਕੀਲ ਬਣ ਗਿਆ ਹਾਂ ਹਾਂ ਵਕੀਲ ਬਣ ਗਿਆ ਪਰ ਜਿਹੜਾ ਬਾਹਰ ਬੋਰਡ ਲੱਗਿਆ ਹੋਇਆ ਸੀ ਨਾ ਯਹਾਂ ਜੋੜੋਂ ਕੇ ਦਰਦ ਦਾ ਇਲਾਜ ਹੋਤਾ ਹੈ ਉਹ ਉੰਜ ਹੀ ਰਹਿਣ ਦਿੱਤਾ ਅੱਛਾ ਜੀ ਕਿਉਂਕਿ ਡਿਵੋਰਸ ਵਕੀਲ ਬਣ ਗਿਆ ਨਾ ਜੋੜਾਂ ਦੇ ਜੋੜਿਆਂ ਦੇ ਦਰਦ ਦੂਰ ਕਰਨ ਲੱਗ ਪਿਆ ਇੱਕ ਹੋਰ ਬੜੀ ਵਧੀਆ ਐਡਵਰਟਾਈਜ਼ਮੈਂਟ ਆndi ਹੈ ਜੀ ਕੁਰਾੜਿਆਂ ਦੇ ਇਲਾਜ ਦਾ ਤਾਂ ਪਤਾ ਨਹੀਂ ਪਰ ਇਹ ਜਿਹੜੀ ਤੂੰ ਬੱਕ ਬੱਕ ਕਰਦੀ ਐ ਇਹਦੇ ਵਾਸਤੇ ਮੈਂ ਹੁਣੇ ਤਰਲੋਕ ਚੁੱਗ ਨੂੰ ਫੋਨ ਕਰਦਾ ਟਿਪ ਟਿਪਦਾ ਉਹ ਇੱਕ ਥਈ ਮੈਨੂੰ ਯਾਦ ਆਇਆ ਕਿ ਰਾਤੀ ਸੁੱਤੇ ਪਏ ਸੀ ਨਾ ਪਤੀ ਪਤਨੀ ਜੀ ਤੇ ਪਤਨੀ ਕਹਿੰਦੀ ਮੇਰੇ ਵਾਲ ਮੂੰਹ ਕਰਕੇ ਸੋਮੋਨਾ ਮੈਨੂੰ ਡਰ ਲੱਗਦਾ ਐ ਮੇਰੇ ਅਲ ਮੁਹ ਕਰਕੇ ਸਮੋਨਾ ਮੈਨੂੰ ਡਰ ਲੱਗਦਾ ਹੈ ਤੇ ਪਤੀ ਕਹਿੰਦਾ ਬਸ ਆਪਣੇ ਬਾਰੇ ਹੀ ਸੋਚ ਮੈਂ ਭਾਵੇਂ ਡਰ ਨਾਲ ਮਰ ਜਾਵਾਂ ਇੱਕ ਹੋਰ ਬੜੀ ਜ਼ਬਰਦਸਤ ਐਡਵਰਟਾਈਜ਼ਮੈਂਟ ਆਉਂਦੀ ਹੈ ਜੀ ਵਕੀਲਾਂ ਬਾਰੇ ਜੀ ਬੜੇ ਸੂਜਮਾਨ ਤੜਲੇਦਾਰ ਵਕੀਲ ਤੇ ਬੜੇ ਮਸ਼ਹੂਰ ਸਿਆਣੇ ਉਹਨਾਂ ਨੂੰ ਮਿਲੋ ਜੀ ਉਥੋਂ ਮੈਨੂੰ ਯਾਦ ਆਇਆ ਕਿ ਕਿਥੇ ਵਕੀਲਾਂ ਨੂੰ ਮਿਲਣ ਉਹਨਾਂ ਕੋਲ ਤੇ ਟਾਈਮ ਹੀ ਨਹੀਂ ਹੁੰਦਾ ਜੀ ਹੋਇਆ ਇਸ ਤਰ੍ਹਾਂ ਜੀ ਕਿ ਇੱਕ ਪਤਨੀ ਨੇ ਨਾ ਆਪਣੇ ਪਤੀ ਨੂੰ ਕਿਹਾ ਸਵੇਰੇ ਸਵੇਰੇ ਉઠੋ ਉઠੋ ਨਾਸ਼ਤਾ ਬਣਾਓ ਜੀ ਉઠੋ ਉઠੋ ਨਾਸ਼ਤਾ ਬਣਾਓ ਪਤੀ ਨੂੰ ਗੁੱਸਾ ਆੜਿਆ ਉਹਨੇ ਜੀ ਆਪਣੀਆਂ ਜੁੱਤੀ ਪਾ ਲਈ ਤੇ ਬਾਹਰ ਜਾਣ ਲੱਗਿਆ ਪਤਨੀ ਕਹਿੰਦੀ ਕਿੱਥੇ ਚੱਲੇ ਹੋ ਕਹਿੰਦਾ ਮੈਂ ਵਕੀਲ ਕੋਲ ਚਲਿਆ ਤੇ ਮੈਂ ਤੈਨੂੰ ਤਲਾਕ ਦੇ ਦੇਣਾ ਹੂੰ ਹੂੰ ਅੱਧੇ ਘੰਟੇ ਬਾਅਦ ਆਇਆ ਜੀ ਸਿੱਧਾ ਰਸੋਈ 'ਚ ਵੜ ਗਿਆ ਤੇ ਜਾ ਕੇ ਨਾਸ਼ਤਾ ਬਣਾਉਣ ਲੱਗ ਪਿਆ ਹੂੰ ਹੂੰ ਪਤਨੀ ਕਹਿੰਦੀ ਗਏ ਸੀ ਵਕੀਲ ਕੋਲ ਤਲਾਕ ਲੈਣ ਵਾਸਤੇ ਕੀ ਬਈ ਕੀ ਹੋਇਆ ਫਿਰ ਹੂੰ ਹੂੰ ਕਹਿੰਦਾ ਉਹ ਵਕੀਲ ਨਾ ਬਿਜ਼ੀ ਸੀ ਉਹਦੇ ਕੋਲ ਟਾਈਮ ਨਹੀਂ ਸੀ ਹੈਗਾ ਉਹ ਭਾਂਡੇ ਮਾਂਜ ਰਿਆ ਸੀ ਅਸਾ ਵਕੀਲ ਵੀ ਭਾਡੇ ਬਾਜ ਇਹ ਸਾਰਿਆਂ ਦਾ ਇਹ ਆ ਲੈ ਜੀ ਤੁਸੀਂ ਵਕੀਲ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਦੱਸਦਾ ਇੱਕ ਜੱਜ ਸੀ ਜੀ ਜੱਜ ਕੋਲ ਮੁਕੱਦਮਾ ਚੱਲਾ ਗਿਆ ਤਲਾਕ ਦਾ ਹੂੰ ਹੂੰ ਬੰਦੇ ਨੂੰ ਪੁੱਛਿਆ ਜੱਜ ਨੇ ਕਿ ਤੂੰ ਤਲਾਕ ਕਿਉਂ ਲੈਣਾ ਚਾਹੁੰਦਾ ਆਪਣੀ ਪਤਨੀ ਤੋਂ ਕਹਿੰਦਾ ਜੀ ਮੇਰੀ ਪਤਨੀ ਬਹੁਤ ਡਾਢੀ ਹੈ ਮੇਰੇ ਕੋਲ بڑے ਕੰਮ ਕਰਾਦੀ ਹੈ ਮੈਨੂੰ ਕਹਿੰਦੀ ਹੈ ਲਸਣ ਛਿਲਿਆ ਕਰੋ ਜੀ ਫਿਰ ਪਿਆਜ਼ ਕਟਿਆ ਕਰੋ ਫੇਰ ਭਾਂਡੇ ਮਾਂਜਿਆ ਕਰੋ ਹੂੰ ਹੂੰ ਤਾਂ ਉਹ ਜੱਜ ਕਹਿਣ ਲੱਗਿਆ ਇਹਦੇ ਵਿੱਚ ਕੀ ਔਖਾ ਹੈ ਲਸਣ ਨੂੰ ਤੂੰ ਗਰਮ ਪਾਣੀ 'ਚ ਰੱਖ ਲਿਆ ਕਰ ਜੀ ਪਿਆਜ਼ ਨੂੰ ਤੂੰ ਫ੍ਰੀਜੇ 'ਚ ਰੱਖ ਲਿਆ ਕਰ ਵੀ ਅੱਖਾਂ ਵਿੱਚ ਨਾ ਲੱਗੇਗਾ ਤੇ ਭਾਂਡੇ ਤੂੰ 15 ਮਿੰਟ ਪਹਿਲਾਂ ਪਾਣੀ ਵਿੱਚ ਰੱਖ ਲਿਆ ਕਰ ਹੂੰ ਹੂੰ ਉਹ ਆਦਮੀ ਕਹਿੰਦਾ ਠੀਕ ਹੈ ਜੀ ਮੈਂ ਸਮਝ ਗਿਆ ਜੱਜ ਕਹਿੰਦਾ ਕੀ ਸਮਝਿਆ ਉਹ ਕਹਿੰਦਾ ਇਹ ਹੀ ਸਮਝ ਰਿਹਾ ਕਿ ਮੇਰੀ ਇਹ ਤੁਹਾਡੀ ਹਾਲਤ ਮੇਰੇ ਤੋਂ ਵੀ ਮਾੜੀ ਹੈ ਜੱਜ ਸਾਹਿਬ ਟੱਕ ਦੱਸਣ ਦੇ ਆ ਇਦਾਂ ਹੀ ਅਪਣਾਉਂਦੇ ਹੋਣਗੇ ਓਨਾ ਇੱਕ ਗੱਲ ਹੋਰ ਹੈਗੀ ਆ ਕਿ ਇਹ ਵੈਸੇ ਜਿਹੜੇ ਪਤੀ ਨੇ ਨਾ ਉਹ ਸਾਰੇ ਹੀ ਸਵਰਗ ਵਿੱਚ ਜਾਣਗੇ ਹੂੰ ਹੂੰ ਕਿਸੇ ਪੁੱਛਿਆ ਉਹ ਕਿਵੇਂ ਕਹਿੰਦੇ ਇਸ ਕਰਕੇ ਕਿ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਕੁਆਰਾ ਹੁੰਦਾ ਨਾ ਉਹਦੇ ਘਰ ਉੱਤੇ ਲਿਖਿਆ ਹੁੰਦਾ ਵੈਲਕਮ ਹੋਮ ਜੀ ਤੇ ਜਿਹੜਾ ਵਿਆਹ ਆ ਹੋਵੇ ਉਹਦੇ ਤੇ ਲਿਖਿਆ ਹੁੰਦਾ ਓਮ ਸ਼ਾਂਤੀ ਓਮ ਜਿਹੜੇ ਕੁਆਰੇ ਹੁੰਦੇ ਨੇ ਨਾ ਉਹ ਕੰਮ ਤੇ ਜਾਣ ਲੱਗਦੇ ਨੇ ਨਾ ਤੇ ਰੱਬ ਦਾ ਨਾਮ ਲੈ ਕੇ ਫਿਰ ਕੰਮ ਸ਼ੁਰੂ ਕਰਦੇ ਨੇ ਤੇ ਜਿਹੜੇ ਵਿਆਹੇ ਹੁੰਦੇ ਨੇ ਉਹ ਘਰ ਵੜਨ ਲੱਗਿਆਂ ਕਰਦੇ ਨੇ ਰੱਬ ਦਾ ਨਾਮ ਲੈਂਦੇ ਨੇ ਮੇਰਾ ਸੋਖ ਰੱਖੀ ਹੁਣ ਇਹ ਜਿੰਨੇ ਇਹ ਕਰਦੇ ਨੇ ਰੱਬ ਦਾ ਨਾਮ ਲੈਂਦੇ ਨੇ ਉਹ ਪਤਨੀਆਂ ਹੀ ਨੇ ਨਾ ਜਿਹੜੀਆਂ ਉਹਨਾਂ ਨੂੰ ਰੱਬ ਦੇ ਪਾਸੇ ਜੋੜਦੀਆਂ ਨੇ ਬਿਲਕੁਲ ਠੀਕ ਹੈ ਇਸ ਕਰਕੇ ਸਾਰੇ ਪਤੀ ਸਵਰਗ ਜਾਣਗੇ ਹਾ ਉਹਦਾ ਕ੍ਰੈਡਿਟ ਪਤਨੀਆਂ ਨੂੰ ਮਿਲੇਗਾ ਉਹ ਜਿਵੇਂ ਕੋਈ ਗਿਆ ਨਾ ਤੇ ਯਮਰਾਜ ਨੇ ਪੁੱਛਿਆ ਬਈ ਕਿਸ ਨੇ ਯਮਰਾਜ ਨੇ ਪੁੱਛਿਆ ਯਮਰਾਜ ਨੇ ਪੁੱਛਿਆ ਵੀ ਇਹ ਕਿੱਧਰ ਭੇਜਣਾ ਹੈ ਸਵਰਗ ਕਿ ਨਰਕ ਉਹ ਕਹਿੰਨਗੇ ਇਹਨੂੰ ਸਵਰਗ ਭੇਜੋ ਕਿਉਂਕਿ ਨਰਕ ਤਾਂ ਇਹ ਭੋਕ ਕੇ ਆ ਗਿਆ ਤੇ ਇਹ ਨਰਕ ਸਵਰਗ ਦੀ ਗੱਲ ਹੋ ਰਹੀ ਹੈ ਪਰ ਪਰਪਤਰ ਲੋਕ ਜੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਜੋਕ ਬਣਾਉਂਦੇ ਹੋ ਤੇ ਔਰਤਾਂ ਨਾਰਾਜ਼ ਨਹੀਂ ਹੁੰਦੀਆਂ ਤੁਹਾਡੇ ਨਾਲ ਔਰਤਾਂ ਬਹੁਤ ਖੁਸ਼ ਹੁੰਦੀਆਂ ਜੇ ਵਿਸ਼ਵਾਸ ਕਰਨਾ ॠषि ਜੀ ਮੈਂ ਕਿਸੇ ਮਾਲੇ ਚ ਚਲਿਆ ਜਾਵਾਂ ਕਿੱਥੇ ਚਲੇ ਜਾਵਾਂ ਅੱਜ ਸਵੇਰੇ ਤੁਹਾਡੇ ਇੱਥੇ ਆਫਿਸ ਦੇ ਚਾਨ ਤੋਂ ਪਹਿਲਾਂ ਬਾਹਰ ਇੱਕ ਲੇਡੀ ਖੜੇ ਹੋਈ ਸੀ ਉਹ ਹੀ ਮੈਨੂੰ ਕਹਿੰਦੇ ਤੁਸੀਂ ਉਹੀ ਹੋ ਓ ਮਾਈ ਗਾਡ ਇਹ ਨਾ ਹੱਸੇ ਮੇਰੇ ਨਾਲ ਸੈਲਫੀ ਲਈ ਔਰ ਇਹ ਔਰਤਾਂ ਦੇ ਨਾ ਦਿਲ ਬੜੇ ਵੱਡੇ ਜੇ ਇਹ ਇਹ ਐਵੇਂ ਅਸੀਂ ਸਮਝਦੇ ਆ ਇਹਨਾਂ ਨੂੰ ਪਰ ਉਹ ਬਹੁਤ ਇੰਜੋਏ ਕਰਦੇ ਨੇ ਪਤੀ ਪਤਨੀਆਂ ਦੇ ਚੁਟਕਲੇ ਖਾਸ ਕਰਕੇ ਔਰਤਾਂ ਜਿਆਦਾ ਇੰਜੋਏ ਕਰਦੀਆਂ ਜੀ ਪਰ ਸਾਡਾ ਮਕਸਦ ਤਾਂ ਹਾਸਾ ਪੈਦਾ ਕਰਨਾ ਹੈ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦੀ ਮੈਚਿਓਰਿਟੀ ਹੈ ਉਹ ਖੁਦ ਖੁਸ਼ ਰਹਿਣਾ ਚਾਹੁੰਦੀਆਂ ਨੇ ਇਹ ਤਾਂ ਐਵੇਂ ਚੁਟਕਲੇ ਉਹ ਹੁੰਦੇ ਨੇ ਜਿਹੜੀ ਹਕੀਕਤ ਤੋਂ ਹਟਕੇ ਹੁੰਦੇ ਨੇ ਜੀ ਤੇ ਉਹ ਮੈਂ ਉਹ ਹੀ ਦੱਸ ਰਿਹਾ ਸੀ ਵੀ ਨਰਕ ਸੁਰਗ ਦੀ ਗੱਲ ਹੋਈ ਸੀ ਤੇ ਕੋਈ ਇੰਜਵਾਇ ਗਿਆ ਨਾ ਸਹਰੇ ਹਮ ਹਮ ਉਥੇ ਉਹ ਸੱਸ ਉਹਨਾਂ ਨੂੰ ਨਾ ਕਿ ਜਸਾਦ ਕੋ ਲੈ ਗਈ ਉਥੇ ਪ੍ਰਵਚਨ ਹੋਣਾ ਸੀ ਤੇ ਸਾਦ ਪ੍ਰਵਚਨ ਤੋਂ ਬਾਅਦ ਕਹਿੰਦਾ ਜਿਹੜੇ ਜਿਹੜੇ ਸਵਰਗ ਜਾਣਾ ਚਾਹੁੰਦੇ ਨੇ ਹੱਥ ਖੜੇ ਕਰੋ ਜੀ ਤੇ ਉਹਦੀ ਸੱਸ ਨੇ ਵੀ ਹੱਥ ਖੜਾ ਕਰਤਾ ਉਹਦੀ ਪਤਨੀ ਨੇ ਵੀ ਹੱਥ ਖੜਾ ਕਰਤਾ ਉਹਨੇ ਨਹੀਂ ਕੀਤਾ ਹਮ ਹਮ ਸਾਦ ਕਹਿੰਦਾ ਤੂੰ ਨਹੀਂ ਨੇ ਸਵਰਗ ਜਾਣਾ ਚਾਹੁੰਦਾ ਕਹਿੰਦਾ ਜੀ ਜੇ ਦੋਵੇਂ ਚਲੀਆਂ ਜਾਂ ਤਾਂ ਸਵਰਗ ਤੇ ਇੱਥੇ ਹੀ ਬਣ ਗਿਆ ਇਸ ਵਰਗ ਨਰਕ ਦੀਆਂ ਗੱਲਾਂ ਹੋ ਰੀਆਂ ਨੇ ਨਾ ਤੇ ਜਿਨ੍ਹਾਂ ਨੇ ਖੁਸ਼ ਰਹਿਣਾ ਉਹਨਾਂ ਹਰ ਜਗ੍ਹਾ ਖੁਸ਼ ਰਹਿਣਾ ਜਿਨ੍ਹਾਂ ਨਹੀਂ ਰਹਿਣਾ ਉਹਨਾਂ ਕਿਤੇ ਵੀ ਨਹੀਂ ਰਹਿਣਾ ਉਹ ਜਿਵੇਂ ਔਰਤਾਂ ਦੋ ਸਹੇਲੀਆਂ ਸੀ ਨਾ ਉਹ ਮਰ ਗਈਆਂ ਤੇ ਦੋਵੇਂ ਸਵਰਗ ਚਲੀਆਂ ਗਈਆਂ ਕਾਫੀ ਦਿਨਾਂ ਬਾਅਦ ਉਹ ਬਾਈਚਾਂਸ ਇੱਕ ਦੂਜੇ ਨੂੰ ਮਿਲੀਆਂ ਜੀ ਤੇ ਉੱਥੇ ਗੱਲਾਂ ਕਰਨ ਲੱਗ ਪਈਆਂ ਉਹ ਹੀ ਉਹ ਇੱਕ ਕਹਿਣ ਲੱਗੀ ਇੱਥੇ ਜਿਹੜੀਆਂ ਅਫਸਰਾ ਨੇ ਨਾ ਉਹਨਾਂ ਨੂੰ ਤਾਂ ਕੱਪੜੇ ਪਾਣ ਦੀ ਜ਼ਰਾ ਸੈਂਸ ਨਹੀਂ ਹੈਗੀ। ਸਵਰਗ ਦੇ ਵਿੱਚ ਵੀ ਇਹ ਗੱਲਾਂ ਹੋ ਰਹੀਆਂ ਨੇ ਕਿ ਉਹਨਾਂ ਨੂੰ ਤਾਂ ਕੱਪੜੇ ਪਾਣ ਦੀ ਸੈਂਸ ਹੀ ਨਹੀਂ ਹੈਗੀ ਤੇ ਜੇ ਕੋਈ ਬੰਦਾ ਮਰ ਜਾਵੇ ਜੀ ਤੇ ਉਹ ਨਰਕ ਜਾਏ। ਹਾਂ ਤੇ ਉਹ ਤਾਂ ਨਰਕ ਵਿੱਚ ਵੀ ਜੇ ਉੱਥੇ ਉਹਨੂੰ ਦੋਸਤ ਮਿਲ ਜਾਏ ਨਾ ਤਾਂ ਉਹ ਕਹਿੰਦਾ ਹੁੰਦਾ ਉਹ ਯਾਰ ਉਹ ਯਮ ਰਾਣੀ ਦੀ ਧੀ ਦੇਖਿਆ ਕਿੰਨੀ ਸੋਹਣੀ ਹੈ। ਦਿੱਨਾਂ ਨੇ ਨਰਕ ਚ ਜਾ ਕੇ ਵੀ ਖੁਸ਼ੀ ਰਹਿਣਾ ਜੀ ਜੀ ਬਿਲਕੁਲ ਸੋ ਇਹ ਰੌਣਕਾਂ ਲੱਗੀਆਂ ਰਹਿੰਦੀਆਂ ਹੁੰਦੀਆਂ ਨੇ ਜੀ ਤੇ ਬਾਕੀ ਕਿਸੇ ਨੇ ਕਿਹਾ ਬਈ ਜੇ ਸਵਰਗ ਜਾਓ ਜੀ ਤੇ ਸਵਰਗ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਹੁੰਦੀ ਹੈ ਨਾ ਉਹ ਸੰਸਕਰੇਤ ਚ ਕਰਨੀ ਹੁੰਦੀ ਹੈ अच्छा कोई आदमी बुड्ढा ਸੀ ਉਹ ਜਾ ਕੇ ਕਿਸੇ ਨੂੰ ਕਹਿੰਦਾ ਵੀ ਮੈਨੂੰ ਨਾ ਸੰਸਕ੍ਰਿਤ ਸਿਖਾ ਦੇ ਉਹ ਕਹਿੰਦਾ ਕਿ ਕਿਉਂ ਕੀ ਗੱਲ ਤੂੰ ਤਾਂ ਬੁੱਢਾ ਹੋ ਗਿਆ ਕਹਿੰਦਾ ਨਹੀਂ ਮੈਂ ਕਹਿੰਦੇ ਮਰ ਗਿਆ ਸਵਰਗ ਗਿਆ ਤੇ ਇਹ ਭਾਸ਼ਾ ਉੱਥੇ ਕੰਮ ਆਂਦੀ ਹੈ ਹਾਂ ਹਾਂ ਤੇ ਉਹ ਕਹਿੰਦਾ ਜੇ ਨਰਕ ਚਲਾ ਗਿਆ ਤਾਂ ਕਹਿੰਦਾ ਪੰਜਾਬੀ ਤਾਂ ਮੈਨੂੰ ਆਂਦੀ ਹੈ ਆ ਮੈਂ ਸ਼ੁਗਰ ਲਾਤੇ ਹੁੰਦੀ ਆਂ ਤੇ ਉਹ ਕਿਸੇ ਨੇ ਕਿਹਾ ਵੀ ਜਿਹੜੇ ਅੱਜ ਕੱਲ ਦੇ ਘਰ ਬੈਠੇ ਨੇ ਨਾ ਪਤੀ ਪਤਨੀ ਉਹਨਾਂ ਨੂੰ ਸੰਸਕ੍ਰਿਤ ਸਿੱਖਣੀ ਚਾਹੀਦੀ ਆ ਜੀ ਕਿਉਂਕਿ ਤੁਸੀਂ ਸੰਸਕਰੇ ਤੇ ਲੜੋਗੇ ਘਰ ਤੇ ਲੋਕੀ ਸਮਝਣਗੇ ਪੂਜਾ ਹੋ ਰਹੀ ਹੈ ਮਾਤਰ ਪੜ ਰਹੇ ਆ ਇਹ ਤਾਂ ਗੱਲ ਸਹੀ ਤੇ ਪਤਨੀ ਕਹਿੰਦੀ ਪਤੀ ਨੂੰ ਅੱਜ ਮੈਂ ਸ਼ਾਪਿੰਗ ਕਰਨ ਜਾਣਾ ਜੀ ਜੀ ਮੈਨੂੰ ਸ਼ਾਪਿੰਗ ਕਰਨ ਲੈ ਜਾਓ ਨਹੀਂ ਤਾਂ ਪਤਨੀ ਤੋਂ ਪੋਤਨ ਬਣਨ ਨਹੀਂ ਮੈਨੂੰ ਟਾਈਮ ਨਹੀਂ ਲੱਗੇਗਾ ਪਤਾ ਨਹੀਂ ਤੋਂ ਪੁੱਤ ਨ ਮਨ ਜਾਣਾ ਆਹ ਮਨ ਜਾਣਾ ਜੀ ਰਿਸ਼ੀ ਜੀ ਮੈਂ ਤੁਹਾਡਾ ਪਿੱਛੇ ਜੇ ਪ੍ਰੋਗਰਾਮ ਸੁਣ ਰਿਹਾ ਸੀ ਜੀ ਕਿ ਜਿਹੜੇ ਸਾਡੇ ਪੰਜਾਬ ਦੇ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਉਹ ਬੰਦ ਹੋਣੇ ਚਾਹੀਦੇ ਨੇ ਕੱਟ ਹੋਣੇ ਚਾਹੀਦੇ ਨੇ ਕਿਉਂਕਿ ਉਹ ਉਹ ਕਹਿੰਦੇ ਨੇ ਜੀ ਸਾਰਾ ਉਹ ਉਹਨਾਂ ਦੀ ਗਵਰਨਮੈਂਟ ਸਕੂਲਾਂ ਚ ਪੜਨਾ ਚਾਹੀਦਾ ਤਾਂ ਕਿ ਉੱਥੋਂ ਮੈਨੂੰ ਯਾਦ ਆਇਆ ਜੀ ਉਦੋਂ ਹੀ ਜਦੋਂ ਤੁਹਾਡੇ ਪ੍ਰੋਗਰਾਮਸ ਹੁੰਦੇ ਆ ਨਾ ਫਿਰ ਉਹਦੇ ਨਾਲ ਰਿਲੇਟ ਕਰਦਾ ਕਿਸੇ ਨਾ ਔਰਤ ਘਰ ਬੈਠੀ ਸੀ ਤੇ ਫੋਨ ਆਇਆ ਕਿਸੇ ਦਾ ਜੀ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦਾ ਫੋਨ ਆਇਆ ਤੇ ਉਹ ਕਹਿੰਦਾ ਹਾਂ ਜੀ ਭੈਣ ਜੀ ਥੈਂਕ ਯੂ ਵੈਰੀ ਮਚ ਤੁਸੀਂ ਆਪਣੇ ਬੱਚੇ ਨੂੰ ਸਾਡੇ ਸਕੂਲ ਵਿੱਚ ਦਾਖਲ ਕਰਾਇਆ ਹੈ ਜੀ ਤੇ ਕਿਵੇਂ ਫੀਲ ਕਰ ਰਹੇ ਹੋ ਉਹ ਔਰਤ ਕਹਿੰਦੀ ਜੀ ਮੈਨੂੰ ਬੜਾ ਚੰਗਾ ਲੱਗਿਆ ਪ੍ਰਾਈਵੇਟ ਸਕੂਲ ਵਿੱਚ ਮੇਰਾ ਬੱਚਾ ਹੁਣ ਪੜ੍ਹੇਗਾ ਉਹ ਕਹਿਣ ਲੱਗੇ ਜੀ ਸਾਡੇ ਨਾਲ ਇੱਥੇ ਦਾਖਲ ਕਰਵਾਉਣ ਦੇ ਆ ਕੁਝ ਨਾ ਕੰਡੀਸ਼ਨਸ ਹੁੰਦੀਆਂ ਨੇ ਜੀ ਬਈ ਬੱਚਾ ਪਹਿਲਾਂ ਤਾਂ ਸਾਡੇ ਸਕੂਲ ਦੀ ਬੱਸ ਵਿੱਚ ਆਇਆ ਕਰੇਗਾ ਹੂੰ ਹੂੰ ਦੂਜਾ ਇਹ ਹੈ ਕਿ ਜਿਹੜੀ ਡਰੈੱਸ ਹੈ ਉਹ ਸਾਡੇ ਹੀ ਸਟੋਰ ਵਿੱਚੋਂ ਖਰੀਦੇਗਾ ਜੀ ਤੇ ਫਿਰ ਉਹ ਪਤਨੀ ਕਹਿਣ ਲੱਗੀ ਵੀ ਮੇਰਾ ਬੱਚਾ ਬੱਸ ਇੱਥੇ ਨਹੀਂ ਮੈਂ ਤਾਂ ਕਾਰੇ ਚ ਛੱਡ ਕੇ ਆਉਂਦੀ ਆ ਉਹਨੂੰ ਸਕੂਲੇ ਤਾਂ ਕੋਣ ਲੱਗਿਆ ਕਿ ਠੀਕ ਹੈ ਜੀ ਕਾਰ ਦਾ ਜਿਹੜਾ ਪੈਟਰੋਲ ਹੈ ਨਾ ਉਹ ਵੀ ਸਾਡੇ ਹੀ ਪੈਟਰੋਲ ਪੰਪ ਤੋਂ ਲੈਣਾ ਹੋਏਗਾ ਤੁਹਾਨੂੰ ਤੇ ਕਾਰ ਦੀ ਰਿਪੇਅਰ ਵੀ ਸਾਡੇ ਹੀ ਮਕੈਨਿਕ ਕੋਲੋਂ ਕਰवानी ਹੋਏਗੀ। ਕੀ ਬਾਤ ਹੈ। ਇਹ ਸਾਰਾ ਕੁਝ ਜਦੋਂ ਉਹਨਾਂ ਨੇ ਕਿਹਾ ਨਾ ਤੇ ਬਿ ਕਿਤਾਬਾਂ ਵੀ ਜਿਹੜੀਆਂ ਨੇ ਉਹ ਵੀ ਸਾਡੇ ਸਟੋਰ ਵਿੱਚੋਂ ਹੀ ਲੈਣੀਆਂ ਪੈਣਗੀਆਂ ਤਾਂ ਉਹ ਔਰਤ ਨੂੰ ਥੋੜਾ ਜਿਹਾ ਗੁੱਸਾ ਆਇਆ ਉਹ ਕਹਿਣ ਲੱਗੀ ਕਿ ਇਹ ਜਿਹੜੇ ਬੱਚੇ ਨੇ ਇਹ ਵੀ ਤੁਹਾਡੇ ਕੋਲੋਂ ਹੀ ਮਿਲਿਆ ਕਰਨਗੇ ਉਹ ਕੰਨ ਜੀ ਨਹੀਂ ਇਹ ਦੀ ਤੁਹਾਨੂੰ ਛੂਟ ਦਿੱਤੀ ਹੋਈ ਹੈ ਇਹ ਛੂਟ ਪਰ ਲੋਕ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਅੱਜ ਖਾਸ ਦਿਨ ਦੇ ਉੱਤੇ ਸਾਡੇ ਕੋਲ ਪਹੁੰਚੇ ਹੋ ਤੇ ਤੁਸੀਂ ਪੁਸਤਕ ਦੀ ਵੀ ਗੱਲ ਕੀਤੀ ਹੈ ਤੇ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ ਤੇ ਮੇਰੇ ਮਨਵਾਸ ਸਾਡੇ ਸੁਣ ਵਾਲੇ ਪੁਸਤਕ ਜ਼ਰੂਰ ਲੈਣਗੇ ਸਾਡੇ ਕੋਲ ਥੈਂਕ ਯੂ ਵੈਰੀ ਮਚ ਜੇ ਕੋ ਤਾਂ ਮੈਂ ਕੁਝ ਕਿਤਾਬਾਂ ਇੱਥੇ ਦੇ ਦੇਾਂਗਾ ਤੁਹਾਨੂੰ ਜੇ ਕਿਸੇ ਨੂੰ ਚਾਹੀਦੀਆਂ ਹੋਣ ਜੀ ਜੀ ਬਿਲਕੁਲ ਤੇ ਦੂਸਰਾ ਇਹ ਹੈ ਕਿ ਕੋਈ ਪਤੀ ਪਤਨੀ ਦੀ ਲੜਾਈ ਹੁੰਦੀ ਹੈ ਨਾ ਤੇ ਫਿਰ ਪਤੀ ਕਹਿੰਦਾ ਪਤਨੀ ਨੂੰ ਜਦੋਂ ਤੂੰ ਘਰ ਨਹੀਂ ਨਾ ਹੁੰਦੀ ਘਰ ਸ਼ਾਂਤੀ ਹੁੰਦੀ ਹੈ ਜੀ ਤੇ ਪਤਨੀ ਕਹਿੰਦੀ ਜਦੋਂ ਤੂੰ ਘਰ ਨਹੀਂ ਹੁੰਦਾ ਘਰ ਸੰਤੋਖ ਹੁੰਦਾ ਹੱਸਦੇ ਰੋ ਰੋ ਸੰਦੇ ਰੋ ਸ਼ਾਂਤੀ ਨਾਲ ਰੋ ਸੰਤੋਖ ਨਾਲ ਰੋ ਜ਼ਿੰਦਗੀ ਜ਼ਿੰਦਾਬਾਦ ਬਹੁਤ ਮਿਹਰਬਾਨੀ ਜੀ